ਦੀ ਮਹਿਜ਼ ਕਹਿਣ ਅਤੇ ਸੁਣਨ ਦੇ ਵਿੱਚ ਇਹ ਸ਼ਬਦ ਛੋਟਾ ਪਰ ਜੇ ਗੱਲ ਕਰੀਏ ਮਨੁੱਖੀ ਉਸ ਜ਼ਿੰਦਗੀ ਦੀ ਤਾਂ ਅਕਸਰ ਇਸ ਤਕਦੀਰ ਨੂੰ ਚਮਕਾਉਣ ਦੇ ਲਈ ਹਰ ਆਦਮੀ ਹਰ ਮਨੁੱਖ ਬਹੁਤ ਮਿਹਨਤ ਕਰਦਾ ਅਤੇ ਉਸ ਮਿਹਨਤ ਲਗਨ ਦੇ ਵਿੱਚ ਉਸਦੀ ਰੋਜ਼ਮਰਾ ਦੀ ਜੋ ਜ਼ਿੰਦਗੀ ਉਹ ਵੀ ਬੀਤ ਜਾਂਦੀ ਹੈ। ਕੁਝ ਅਜਿਹੀ ਕਹਾਣੀ ਦੇ ਨਾਲ ਅੱਜ ਤੁਹਾਨੂੰ ਰੂਬਰੂ ਕਰਾਵਾਂਗਾ ਜਿੱਥੇ ਕਿ 23 ਸਾਲਾ ਨੌਜਵਾਨ ਨੇ ਆਪਣੇ ਪਰਿਵਾਰ ਦਾ ਆਪਣੇ ਮਾਂ ਬਾਪ ਦਾ ਸਹਾਰਾ ਬਣਿਆ ਔਰ ਜੇ ਗੱਲ ਕਰੀਏ ਤਾਂ ਮਹਿਜ਼ ਦਿਨ ਦੇ ਵਿੱਚ 24 ਘੰਟੇ ਹੁੰਦੇ ਆ ਅਤੇ 24 ਘੰਟਿਆਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਸ ਨੂੰ ਆਪਣੇ ਸ਼ੌਂਕ ਨੂੰ ਪੁਗਾਉਣ ਲਈ ਸਮਾਂ ਵੀ ਮਿਲਦਾ ਹੋਵੇਗਾ। ਇਸ ਵਕਤ ਮੈਂ ਮੌਜੂਦ ਹਾਂ ਅੰਮ੍ਰਿਤਸਰ ਦੇ ਟ੍ਰਿਲੀਅਮ ਮਾਲ ਦੇ ਠੀਕ ਸਾਹਮਣੇ ਜਿੱਥੇ ਕਿ ਇੱਕ ਨੌਜਵਾਨ ਦੇ ਵੱਲੋਂ ਇੱਕ ਰੇਹੜੀ ਦੀ ਸ਼ੁਰੂਆਤ ਕੀਤੀ ਗਈ ਹੈ, ਖਾਣ ਪਾਣ ਦੀ ਰੇਹੜੀ ਹੈ। ਜਿੱਥੇ ਕਿ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਹ ਸ਼ਹਿਰ ਜ਼ਾਇਕਿਆਂ ਕਰਕੇ ਜਾਣਿਆ ਜਾਂਦਾ, ਇੱਥੋਂ ਦੇ ਜੋ ਸਵਾਦਾਂ ਦੀ ਮਹਿਕ ਹੈ ਉਸਦੇ ਸਦਕਾ ਜਾਣਿਆ ਜਾਂਦਾ। ਤਾਂ ਅੱਜ ਜੋ ਇੱਕ ਉਪਰਾਲਾ ਕੀਤਾ ਗਿਆ, ਜੋ ਇੱਕ ਸੋਚ ਦੇ ਪਹਿਰਾ ਦਿੰਦੇ ਹੋਏ ਇਸ ਨੌਜਵਾਨ ਨੇ ਜੋ ਇਸ ਖਾਣ ਪਾਣ ਦੀ ਕੰਮ ਕੀਤੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਸਨੈਕਸ ਹੈ, ਜੋ ਸਪਰਿੰਗ ਰੋਲ ਅਤੇ ਹੋਰ ਵੱਖ ਵੱਖ ਚੀਜ਼ਾਂ ਜੋ ਜਿਸਨੂੰ ਕਿ ਆਪਾਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਸਟਰੀਟ ਫੂਡ ਵੀ ਕਹਿੰਦੇ ਹਾਂ, ਤਾਂ ਉਹ ਸਭ ਦੀ ਜੋ ਹੈ ਇੱਕ ਰੇਹੜੀ ਲਗਾਈ ਗਈ ਆ। ਉਸ ਨੌਜਵਾਨ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਅਜਿਹਨ 'ਚ ਅਜਿਹਾ ਹੀ ਸੋਚ ਆਈ ਔਰ ਜਿੱਥੇ ਕਿ ਅੱਜ 23 ਸਾਲਾਂ ਦੀ ਉਮਰ ਦੇ ਵਿੱਚ ਜਿੱਥੇ ਕਿ ਪੰਜਾਬ ਦੀ ਹੁਣ ਦੀ ਪੀੜ੍ਹੀ ਵਿਦੇਸ਼ਾਂ ਦਾ ਸੁਪਨਾ ਲਾਈ ਬੈਠੀ ਹੈ ਪਰ ਇਹ ਨੌਜਵਾਨ ਅੱਜ ਇੱਥੇ ਸੜਕ ਕਿਨਾਰੇ ਮਿਹਨਤ ਕਰਦਾ ਹੋਇਆ ਵਿਖਾਈ ਦਿੰਦਾ ਔਰ ਹੋਰਨਾਂ ਲਈ ਮਿਸਾਲ ਵੀ ਬਣਿਆ। ਕਿਸ ਤਰ੍ਹਾਂ ਵੇਖਦੇ ਹੋ ਕਿ ਜੋ ਪਰਿਵਾਰ ਦੇ ਹਾਲਾਤ ਨੇ, ਪਹਿਲੇ ਉਹ ਬਿਆਨ ਕਰ ਦਿਉ ਔਰ ਇਹ ਸਭ ਦੀ ਸੋਚ ਕਿੱਦਾਂ ਆਈ ਕਿ ਰੇਹੜੀ ਦੀ ਸ਼ੁਰੂਆਤ ਕੀਤੀ? ਮੇਰਾ ਨਾਮ ਗੁਰਜੀਤ ਸਿੰਘ ਹੈ ਅਤੇ ਮੇਰੀ ਉਮਰ 23 ਸਾਲ ਹੈ। ਆਪਣਾ ਪਹਿਲਾਂ ਮੈਂ ਜੋਬ ਕਰਦਾ ਰਿਹਾ ਕੈਫੇ 'ਤੇ ਅਤੇ ਉਹ ਤੋਂ ਬਾਅਦ ਮੈਂ ਸੋਚਿਆ ਕਿ ਜੋਬ ਦੇ ਨਾਲ ਕੁਝ ਬਣਦਾ ਨਹੀਂ ਹੈ ਜੀ ਅਤੇ ਫਿਰ ਮੈਂ ਆਪਣਾ ਸ਼ੁਰੂ ਕੀਤਾ ਕੰਮ। ਟ੍ਰਿਲੀਅਮ ਦੇ ਸਾਹਮਣੇ ਮੈਂ ਇੱਕ ਆਟ ਲਗਾਉਂਦਾ ਜੀ ਫਾਸਟ ਫੂਡ ਦੀ। ਅਤੇ ਪਰਿਵਾਰ ਦੇ ਵਿੱਚ ਕੌਣ ਕੌਣ? ਪਰਿਵਾਰ 'ਚ ਮੰਮਾ ਪਾਪਾ ਨੇ ਅਤੇ ਬ੍ਰਦਰ ਭਾਬੀ ਹੈਗੀ ਹੈ। ਫਾਦਰ ਸਾਹਿਬ ਟੇਲਰ ਜੀ ਮੇਰੇ ਅਤੇ ਮੰਮਾ ਹਾਊਸ ਵਾਈਫ ਹੀ ਹੈ। ਅਤੇ ਕੀ ਸੋਚ ਕੇ ਆਈ ਤੁਸੀਂ ਰੇਹੜੀ ਦੀ ਸ਼ੁਰੂਆਤ ਕੀਤੀ ਹੈ? ਤੁਸੀਂ ਪਹਿਲਾਂ ਵੀ ਇੱਕ ਨੌਕਰੀ ਕਰਦੇ ਸੀਗੇ ਕੈਫੇ ਵਿਖੇ, ਅਤੇ ਇਹ ਸਭ ਦੀ ਸੋਚ ਕਿੱਦਾਂ ਆਈ? ਉਹਦੀ ਨੌਕਰੀ ਨਾਲ ਕੁਝ ਬਣਦਾ ਤਾਂ ਹੈ ਨਹੀਂ ਜੀ, ਅੱਜ ਕੱਲ੍ਹ ਆਪਣੇ ਘਰ ਦੇ ਖਰਚੇ ਹੀ ਬੜੇ ਹੁੰਦੇ ਆ, ਪੂਰੇ ਨਹੀਂ ਹੁੰਦੇ ਖਰਚੇ ਕੋਈ। ਅਤੇ ਫਿਰ ਸੋਚਿਆ ਕਿ ਚਲੋ ਕੰਮ ਤਾਂ ਆਉਂਦਾ ਹੀ ਆ ਫੂਡ ਲਾਈਨ ਦਾ, ਪਹਿਲਾਂ ਹੀ ਇੰਟਰਸਟ ਵੀ ਹੈਗਾ ਸੀ ਫੂਡ ਲਾਈਨ ਦਾ ਅਤੇ ਤਾਂ ਕਰਕੇ ਫਿਰ ਮੈਂ ਆਪਣਾ ਹੀ ਕੈਫੇ ਆਪਣਾ ਹੀ ਇਹ ਕੰਮ ਸ਼ੁਰੂ ਕਰ ਲਿਆ ਜੀ। ਜਿੱਥੇ ਕਿ ਤੁਸੀਂ ਪਹਿਲਾਂ ਵੀ ਦੱਸਿਆ ਕਿ ਰਾਤ 'ਚ ਵੀ ਤੁਸੀਂ ਨੌਕਰੀ ਕਰਦੇ ਹੋ ਇੱਕ ਹਸਪਤਾਲ ਵਿਖੇ, ਦਿਨ 'ਚ ਤੁਸੀਂ ਇੱਥੇ ਤੈਨਾਤ ਰਹਿੰਦੇ ਹੋ ਆਪਣੇ ਕੰਮ 'ਤੇ, ਅਤੇ ਤੁਹਾਨੂੰ ਮੈਨੂੰ ਲੱਗਦਾ ਕਿ ਆਪਣੇ ਸ਼ੌਂਕ ਪੁਗਾਉਣ ਲਈ ਤਾਂ ਸਮਾਂ ਮਿਲਦਾ ਨਹੀਂ ਹੋਣਾ? ਨਹੀਂ ਜੀ, ਆਪਣੇ ਸ਼ੌਂਕ ਤਾਂ ਕੋਈ ਨਹੀਂ ਹੈਗੇ ਜੀ, ਮੰਮਾ ਪਾਪਾ ਦੇ ਹੈਗੇ ਸੁਪਨੇ ਸਾਰੇ, ਉਹਨਾਂ ਖੁਸ਼ੀਆਂ ਦੇਈਏ ਵੀ ਅਸੀਂ ਉਹਨਾਂ ਦੀ ਕਰੀ ਅੱਗੇ ਤਰੱਕੀ ਕਰੀਏ, ਬਸ ਉਹਨਾਂ ਉਹੀ ਇਹ ਚੀਜ਼ ਵੇਖ ਕੇ ਖੁਸ਼ ਹੁੰਦਾ ਮਾਂ ਪਿਓ ਹਰ ਕਹੀਏ ਕਿ ਆਪਣਾ ਬੇਟਾ ਬਹੁਤ ਤਰੱਕੀ ਕਰੇ ਜੀ ਅਤੇ ਉਹਨਾਂ ਦੀਆਂ ਖੁਸ਼ੀਆਂ ਪੂਰੀਆਂ ਕਰਨੀਆਂ ਜੀ। ਇਹ ਸਭ ਲਈ ਸਮਾਂ ਕਿੱਦਾਂ ਨਿਕਲਦਾ? ਸਭ ਨੂੰ ਜੋ ਤਿਆਰ ਕਰਦੇ ਤੁਸੀਂ ਨੂਡਲ, ਸਪਰਿੰਗ ਰੋਲ ਅਤੇ ਬਰਗਰ ਜੋ ਸਮਾਨ ਪਿਆ ਸਟਰੀਟ ਫੂਡ ਸਾਰਾ, ਇਸ ਨੂੰ ਕਿੰਨੇ ਵਜੇ ਸਵੇਰੇ ਉੱਠਦੇ ਹੋ? ਸਾਰੀ ਦਿਨਚਰਿਆ ਕਿੱਦਾਂ ਨਿਕਲਦੀ? ਸਵੇਰੇ 6 ਵਜੇ ਉੱਠ ਜਾਈਦੇ ਆ ਜੀ, 6 ਵਜੇ ਉੱਠ ਕੇ ਅਤੇ ਆਪਣਾ ਮਹਾਰਾਜ ਦਾ ਨਾਂ ਲਈਦਾ, ਨਹਾਈ ਧੋਈ ਗਏ ਨਹਾ ਧੋ ਕੇ ਅਤੇ ਰੱਬ ਦਾ ਨਾਂ ਲਈਦਾ ਅਤੇ ਆਪਣਾ ਕੰਮ ਦੀ ਸ਼ੁਰੂਆਤ ਕਰ ਦਈਦੀ ਹੈ ਅਤੇ 12:30 ਵਜੇ ਆ ਜਾਈਦਾ ਇੱਥੇ ਜੀ ਅਤੇ 1:30 ਵਜੇ ਤੱਕ ਸਮਾਨ ਰੈਡੀ ਹੋ ਜਾਂਦਾ ਸਾਰਾ। ਯਾਨੀ ਕਿ ਹੁਣ ਦੇ ਸਮੇਂ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੀ ਪਾਵਰ ਬੜੀ ਵੱਡੀ ਪਾਵਰ ਗਿਣੀ ਜਾਂਦੀ ਆ ਔਰ ਇਹ ਨੌਜਵਾਨ ਵੀ ਸੋਸ਼ਲ ਮੀਡੀਆ ਦੇ ਹੁੰਗਾਰੇ ਸਦਕਾ ਅੱਜ ਲੋਕਾਂ ਦਾ ਪਿਆਰ ਬਟੋਰਦਾ ਹੋਇਆ ਦਿਖਾਈ ਦਿੰਦਾ। ਜੋ ਲੋਕ ਤੁਹਾਡੇ ਕੋਲ ਖਰੀਦਦਾਰੀ ਕਰਨ ਆਉਂਦੇ ਨੇ, ਉਹਨਾਂ ਦਾ ਰੁਝਾਨ ਕਿਸ ਤਰ੍ਹਾਂ ਰਹਿੰਦਾ, ਉਹਨਾਂ ਦਾ ਪਿਆਰ ਕਿਸ ਤਰ੍ਹਾਂ ਮਿਲਦਾ? ਉਹਨਾਂ ਦਾ ਵੀ ਤਾਂ ਬਹੁਤ ਪਿਆਰ ਹੈ ਜੀ, ਸਾਰੇ ਵੇਖ ਕੇ ਖੁਸ਼ ਹੁੰਦੇ ਆ ਕਿ ਆਪਣਾ ਕੋਈ ਪੰਜਾਬੀ ਬੰਦਾ ਹੋਵੇ ਕੰਮ ਡਿਆ ਕਰਨ ਜੀ, ਨਹੀਂ ਤਾਂ ਜ਼ਿਆਦਾ ਆਉਂਦੇ ਆ ਪ੍ਰਵਾਸੀ ਜਿਹੜੇ ਹੁੰਦੇ ਆ ਉਹ ਕੰਮ ਕਰਨ ਦੇ ਵੇਰ ਨਜ਼ਰ ਆਉਂਦੇ, ਆਪਣੇ ਜਿਹੜੇ ਯੂਥ ਹੈਗਾ ਉਹ ਬਾਹਰ ਨੂੰ ਭੱਜਦਾ ਆ ਜੀ ਅਤੇ ਮੈਂ ਫਿਰ ਸੋਚਿਆ ਵੀ ਇੱਥੇ ਹੀ ਲੋਕ ਬਹੁਤ ਪਿਆਰ ਦਿੰਦੇ ਆ ਕਿ ਆਪਣਾ ਬੰਦਾ ਕੋਈ ਕੰਮ ਡਿਆ ਕਰਨਾ। ਤੁਸੀਂ ਆਪਣੇ ਪੰਜਾਬ ਇਸ ਵਤਨ ਦੀ ਮਿੱਟੀ ਦੇ ਨਾਲ ਜੁੜੇ ਜਿੱਥੇ ਕਿ ਤੁਸੀਂ ਇਸ ਗੁਰੂ ਦੀ ਨਗਰੀ 'ਚ ਅੱਜ ਮਿਹਨਤ ਕਰ ਰਹੇ ਹੋ, ਉਹਨਾਂ ਨੌਜਵਾਨਾਂ ਨੂੰ ਕੀ ਕਹਿੰਦੇ ਹੋ ਜੋ ਅੱਜ ਵੀ ਕਹਿ ਸਕਦੇ ਹਾਂ ਕਿ ਆਪਣੇ ਸ਼ੌਂਕ ਲਈ ਜਾਂ ਆਪਣੀ ਉਸ ਮਿਹਨਤ ਨੂੰ ਕਮਾਉਣ ਦੇ ਸਦਕਾ ਵਿਦੇਸ਼ਾਂ ਵੱਲ ਜਾਂਦੇ ਹੋਏ ਵਿਖਾਈ ਦਿੰਦੇ? ਦੇਖੋ ਜੀ, ਆਪਣੇ ਘਰ ਪਰਿਵਾਰ 'ਚ ਰਹਿਣਾ ਸਭ ਕੁਝ ਹੁੰਦਾ ਹੈ ਜੀ, ਪੈਸੇ ਦਾ ਕੀ, ਪੈਸੇ ਤਾਂ ਅੱਜ ਹੈਗਾ ਕੱਲ੍ਹ ਨਹੀਂ ਹੈਗਾ ਅਤੇ ਉਹੀ ਸੁਨੇਹਾ ਕਿ ਆਪਣਾ ਘਰ ਰਹੋ, ਆਪਣੇ ਮਾਂ ਪਿਓ ਦੀ ਸੇਵਾ ਕਰੋ, ਆਪਣੇ ਦੇਸ਼ ਰਹਿ ਕੇ ਆਪਣੇ ਦੇਸ਼ ਦੀ ਸੇਵਾ ਕਰੋ, ਆਪਣਾ ਕੰਮ ਇੱਥੇ ਵਧੀਆ ਵਧੀਆ ਕਰੋ। ਤੁਸੀਂ ਦੱਸਿਆ ਸੀ ਕਿ ਰਾਤ ਵਿਖੇ ਵੀ ਮੈਂ ਇੱਕ ਹੋਸਪਿਟਲ 'ਚ ਨੌਕਰੀ ਕਰਦਾ, ਉਹ ਨੌਕਰੀ ਕਾਹਦੀ ਹੈ ਔਰ ਕਿੰਨੇ ਘੰਟਿਆਂ ਦੀ ਉਹ ਨੌਕਰੀ ਰਹਿੰਦੀ ਤੁਹਾਡੀ? ਉਹ ਹੈਗੀ ਜੀ 12 ਘੰਟੇ ਦੀ ਡਿਊਟੀ ਆ, ਪਰ ਬੰਦੇ ਬਹੁਤ ਵਧੀਆ ਟੱਕਰੇ ਜੀ, ਸਾਨੂੰ ਬਹੁਤ ਵਧੀਆ ਨੇ, ਡਾਕਟਰ ਸਾਹਿਬ ਭਾਟੀਆ ਸਰ ਹੈਗੇ ਇੱਥੇ, ਡਾਕਟਰ ਭਾਟੀਆ ਹੋਸਪਿਟਲ ਹੈ ਅਤੇ ਉਹ ਕਰੀ ਡਿਊਟੀ ਸਿਕਿਉਰਿਟੀ ਗਾਰਡ ਦੀ। ਇੱਥੋਂ ਕਿੰਨੇ ਵਜੇ ਵਿਹਲੇ ਹੁੰਦੇ? ਇੱਥੋਂ 10:30 ਵਿਹਲੇ ਹੋ ਜਾਈਦਾ ਜੀ। ਉੱਥੇ ਕਿੰਨੇ ਵਜੇ ਜਾਂਦੇ? ਉੱਥੇ 11 ਕੁ ਵੱਜ ਜਾਂਦੇ, ਨਹਾ ਧੋ ਕੇ ਆਪਣਾ ਪ੍ਰਸ਼ਾਦਾ ਪਾਣੀ ਛਕੀਦਾ ਫਿਰ। ਤਾਂ ਬਿਲਕੁਲ, ਜਿੱਥੇ ਕਿ ਸਿੱਖ ਨੌਜਵਾਨ ਹੈ ਰੋਜ਼ਾਨਾ ਸਵੇਰੇ 6 ਵਜੇ ਉੱਠਦਾ, ਆਪਣਾ ਨਿਤਨੇਮ ਜੋ ਪਾਠ ਹੈ ਗੁਰੂਆਂ ਵੱਲੋਂ ਦੱਸਿਆ ਗਿਆ ਉਹ ਮਾਰਗ ਹੈ ਉਸ 'ਤੇ ਚੱਲਦਾ ਵਿਖਾਈ ਦਿੰਦਾ ਔਰ ਉਸ ਨਿਤਨੇਮ ਕਰਨ ਤੋਂ ਬਾਅਦ ਉਹ ਡਟ ਜਾਂਦਾ ਮਿਹਨਤ ਕਰਨ, ਆਪਣੇ ਜੋ ਦਿਨ ਦੀ ਸ਼ੁਰੂਆਤ ਹੈ ਉਹ ਕਰ ਦਿੰਦਾ ਔਰ ਸ਼ੁਰੂਆਤ ਕਾਹਦੀ ਹੈ ਇਸ ਖਾਸ ਜ਼ਾਇਕੇ ਨੂੰ ਸਮਾਨ ਤਿਆਰ ਕਰਨ ਦੀ। ਉਸ ਤੋਂ ਬਾਅਦ ਜਿੱਥੇ ਕਿ 12 ਵਜੇ ਨੌਜਵਾਨ ਇੱਥੇ ਆ ਜਾਂਦਾ, ਰਾਤ 10 ਵਜੇ ਤੱਕ ਇੱਥੇ ਮਿਹਨਤ ਕਰਦਾ ਵਿਖਾਈ ਦਿੰਦਾ,
सो असीं कह सकते हाँ कि जिस तरह मैं पहला जिक्र किया कि 24 घंटे भी कई बार मनुख नूं घट पैंदे ने क्योंकि उसके जो जरूरत होंदियां ने जो उसते हालात पे होंगे ने उस नाल लड़न दे लई उस नाल नजिठण दे लई मनुख नूं मेहनत होर करनी पैंदी है जिसके सदका कह सकते हाँ कि वह अपनी मेहनत करता हुआ विखाई देता और हुण भी 23 साल नौजवान होने लई मिसाल भी है जिथे कि साढ़े अज के नौजवान पीढ़ी इसे वर्ग की जो मैं गल करा 22 तो 23 साल के नौजवान विदेशों वल जाते हुए विखाई देते हैं उत्थे जो दिहाड़ी मेहनत करते हुए विखाई देते हैं पर कुछ शख्सियत अजिहिया ने जिन्हों में गुरजीत सिंह भी एक शामिल है जो अपने ही वतन अपने ही पंजाब उस सूबे के मेहनत करता हुआ विखाई देता और होरना लई भी मिसाल बन के अगे आ रहा और यही उसका टीचा कि मैं अपने माँ बाप के सुपनों साकार करा जो परिवार को एक खुशियां है वह दे सकता। अमृतसर तो नितिश सबरवाल न्यूज़ 18 पंजाब।